ਸਤੰਬਰ ਮਹੀਨੇ ਵਿੱਚ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ, ਬਲਾਕ ਸੰਮਤੀ ਅਤੇ ਪੰਚਾਇਤੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜਗਰਾਓਂ ਦੇ ਸਾਬਕਾ ਵਿਧਾਇਕ SR ਕਲੇਰ ਦੀ ਅਗਵਾਈ ਵਿੱਚ ਹਲਕੇ ਦੇ 80 ਪਿੰਡਾਂ ਦਾ ਇਕੱਠ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਕਲੇਰ ਨੇ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ ਦੀ ਸਰਕਾਰ ਤੋਂ ਦੁਖੀ ਹੋ ਚੁੱਕੀ ਹੈ ਅਤੇ ਸਤੰਬਰ ਮਹੀਨੇ ਵਿੱਚ ਹੋਣ ਵਾਲੀਆਂ ਚੋਣਾਂ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਕਿ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਤੋਂ ਹਿਸਾਬ ਲਿਆ ਜਾਵੇ। ਜਗਰਾਓਂ ਤੋਂ ਰਾਜ ਬੱਬਰ ਦੀ ਰਿਪੋਰਟ। ਅੱਜ ਹਲਕਾ ਜਗਰਾਓਂ ਦਾ ਸਾਰੇ ਜਿੰਨੇ ਸਾਡੇ ਸਰਕਲ ਹੈਗੇ ਆ ਉਹਨਾਂ ਦੀ ਇੱਕ ਵਿਸ਼ਾਲ ਮੀਟਿੰਗ ਹੋਈ ਆ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸਾਹਿਬ ਵੱਲੋਂ, ਓਬਜ਼ਰਵਰ ਸਰ ਅਕਬਾਲ ਸਿੰਘ ਝੂੰਦਾ ਸਾਹਿਬ ਅਤੇ ਸਹਾਇਕ ਓਬਜ਼ਰਵਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਸਾਡੇ ਇਸ ਜ਼ਿਲ੍ਹੇ ਦੇ ਪ੍ਰਧਾਨ ਸਰ ਦਰਸ਼ਨ ਸਿੰਘ ਸ਼ਵਾਲਕ ਸਾਹਿਬ ਨੇ ਸ਼ਮੂਲੀਅਤ ਕੀਤੀ ਹੈ। ਅੱਜ ਦੀ ਮੀਟਿੰਗ ਦਾ ਮੁੱਖ ਮਕਸਦ ਸੀਗਾ ਕਿ ਅਸੀਂ ਜਥੇਬੰਦੀ ਨੂੰ ਮਜ਼ਬੂਤ ਕਰੀਏ, ਪਿੰਡਾਂ ਪਿੰਡਾਂ ਦੇ ਵਿੱਚ ਜਿਹੜੀ ਸਾਡੀ ਜਥੇਬੰਦੀ ਹੈਗੀ ਆ ਉਹ ਕਾਇਮ ਕਰੀਏ ਔਰ ਨਵੇਂ ਸਿਰੇ ਤੋਂ ਅਸੀਂ ਸਾਰਾ ਜਿਹੜਾ ਹੈਗਾ ਢਾਂਚਾ ਜਿਹੜਾ ਹੈਗਾ ਜਥੇਬੰਦੀ ਢਾਂਚਾ ਇਸ ਪੂਰੇ ਹਲਕੇ ਦਾ ਉਹ ਬਣਾਉਣ ਜਾ ਰਹੇ ਹਾਂ। ਉਹਦੇ ਵਾਸਤੇ ਜਿਹੜੀ ਹੈ ਇਹ ਵਿਸ਼ਾਲ ਮੀਟਿੰਗ ਸੀਗੀ। ਉਸ ਤੋਂ ਇਲਾਵਾ ਅਸੀਂ ਇਹ ਵੀ ਵਿਚਾਰ ਕੀਤਾ ਹੈਗਾ ਕਿ ਆਉਣ ਵਾਲੀਆਂ ਜੋ ਚੋਣਾਂ ਹੈਗੀਆਂ, ਚਾਹੇ ਉਹ ਸਰਪੰਚ ਦੀ ਚੋਣ ਹੈਗੀ ਆ, ਪੰਚਾਇਤ ਦੀ ਚੋਣ ਹੈ, ਚਾਹੇ ਬਲਾਕ ਸੰਮਤੀ ਦੀ ਹੈ, ਚਾਹੇ ਜ਼ਿਲ੍ਹਾ ਪ੍ਰੀਸ਼ਦ ਦੀ ਹੈ, ਉਹਦੇ ਵਿੱਚ ਵੀ ਲਾਮਬੰਦੀ ਕੀਤੀ ਹੈ ਕਿ ਕਿਸ ਢੰਗ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਚੋਣਾਂ ਜਿੱਤਣੀਆਂ ਹੈਗੀਆਂ। ਉਸ ਤੋਂ ਇਲਾਵਾ ਮੈਂ ਇਹ ਵੀ ਦੱਸ ਦਿਆਂ ਕਿ ਮੈਂ ਪਿਛਲੇ 5 ਸਾਲ ਇੱਥੇ ਬਤੌਰ MLA ਸੇਵਾ ਕੀਤੀ ਆ ਔਰ ਮੈਂ ਇਹ ਕੋਸ਼ਿਸ਼ ਕੀਤੀ ਆ ਕਿ ਕਿਸੇ ਨਾਲ ਵੀ ਕੋਈ ਕਿਸ ਤਰ੍ਹਾਂ ਦਾ ਧੱਕਾ ਨਾ ਹੋਵੇ ਔਰ ਖਾਸ ਤੌਰ 'ਤੇ ਇਲੈਕਸ਼ਨ ਦੇ ਦਿਨਾਂ ਦੇ ਵਿੱਚ, ਚਾਹੇ ਉਹ ਮਿਊਂਸਪਲ ਕਮੇਟੀ ਦੀ ਇਲੈਕਸ਼ਨ ਸੀਗੀ, ਚਾਹੇ ਉਹ ਸਾਡੀ ਪੰਚਾਇਤਾਂ ਦੀ ਇਲੈਕਸ਼ਨ ਸੀਗੀ, ਕਿਸੇ ਤਰੀਕੇ ਨਾਲ ਕੋਈ ਵੀ ਕਿਸੇ ਦੇ ਕਾਗਜ਼ਾਤ ਨਹੀਂ ਕੀਤੇ ਗਏ ਸੀ ਜਾਂ ਕੋਈ ਹੋਰ ਵੀ ਕਿਸ ਤਰ੍ਹਾਂ ਦਾ ਪ੍ਰੈਸ਼ਰਾਈਜ਼ ਨਹੀਂ ਕੀਤਾ ਗਿਆ ਸੀ। ਮੈਂ ਉਮੀਦ ਕਰਦਾ ਕਿ ਇਹੋ ਜਿਹਾ ਵਾਤਾਵਰਨ ਜਿਹੜਾ ਹੈਗਾ ਮੈਂ ਆਉਣ ਵਾਲੇ ਸਮੇਂ ਵਿੱਚ ਇੱਥੇ ਫਿਰ ਦੇਖਣ ਨੂੰ ਮਿਲੇਗਾ, ਕਿਉਂਕਿ ਨਾ ਮੈਂ ਧੱਕਾ ਕੀਤਾ ਹੈ ਅਤੇ ਨਾ ਧੱਕਾ ਅਸੀਂ ਸਹਿਣ ਕਰਾਂਗੇ। ਵਰਕਰਸ ਜਿਹੜੇ ਸਾਡੇ ਹੈਗੇ ਆ ਅੱਜ ਬੜੇ ਜੋਸ਼ ਦੇ ਵਿੱਚ ਸੀ, ਜਿਸ ਢੰਗ ਨਾਲ ਅੱਜ ਵੱਡਾ ਇਕੱਠ ਜਿਹੜਾ ਹੈਗਾ ਇੱਥੇ ਆਪਣੇ ਆਪ ਲੋਕ ਆਏ ਆ, ਬਹੁਤ ਵਧੀਆ ਅੱਜ ਸਾਡੇ ਵਰਕਰਸ ਦਾ ਹੁੰਗਾਰਾ ਸੀ। ਇਸ ਤੋਂ ਸਾਫ ਜ਼ਾਹਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੀਆਂ ਜਿਹੜੀਆਂ ਚੋਣਾਂ ਹੈਗੀਆਂ ਜਿਹੜੀਆਂ ਆ ਰਹੀਆਂ ਹੈਗੀਆਂ, ਚਾਹੇ ਉਹ ਪੰਚਾਇਤਾਂ ਦੀਆਂ ਹੈਗੀਆਂ, ਚਾਹੇ ਬਲਾਕ ਸੰਮਤੀ ਦੀਆਂ ਹੈਗੀਆਂ, ਚਾਹੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੈਗੀਆਂ, ਅਸੀਂ ਬਹੁਤ ਵਧੀਆ ਇੱਥੇ ਲੀਡ ਪ੍ਰਾਪਤ ਕਰਾਂਗੇ। ਹਰ ਪਿੰਡ ਦੇ ਵਿੱਚ ਜਿਹੜੀ ਹੈਗੀ ਆ ਸਾਡੀ ਆਪਣੀ ਪੰਚਾਇਤ ਹੋਵੇਗੀ। ਸਾਹਿਬ ਦੀ ਰਹਿਨਮਾਈ ਹੇਠ ਮੀਟਿੰਗ ਹੋਈ ਜੋ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਰਿਜ਼ਰਵਰ ਲਾਏ ਗਏ ਇਕਬਾਲ ਸਿੰਘ ਜੀ ਚੁੰਦਾ ਅਤੇ ਗੁਰਪ੍ਰੀਤ ਸਿੰਘ ਜੀ ਰਾਜੂ ਖੰਨਾ ਨੇ ਇਸ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਇੱਥੇ ਹਾਜ਼ਰ ਸੀ। ਪਿੰਡਾਂ ਤੋਂ ਬਹੁਤ ਭਾਰੀ ਗਿਣਤੀ ਵਿੱਚ ਵਰਕਰ ਸਾਹਿਬਾਨ ਆਏ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ, ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਪਿੰਡਾਂ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਵਿਕਾਸ ਹੋਏ ਸੀ, ਜਦਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਦਿੱਤੀਆਂ ਗਈਆਂ ਗਰਾਂਟਾਂ ਅੱਜ ਵੀ ਪੰਚਾਇਤਾਂ ਦੇ ਅਕਾਊਂਟਾਂ ਦੇ ਵਿੱਚ ਲੱਖਾਂ ਦੇ ਰੂਪ ਦੇ ਵਿੱਚ ਪਈਆਂ ਨੇ, ਜਿਹੜੀਆਂ ਕਿ ਕਾਂਗਰਸ ਸਰਕਾਰ ਆਉਣ ਸਾਰ ਹੀ ਇਹਨਾਂ 'ਤੇ ਰੋਕ ਲਾ ਦਿੱਤੀ ਗਈ ਆ ਕਿ ਇਹ ਪੈਸਾ ਜਿਹੜਾ ਪਿੰਡਾਂ ਦੇ ਵਿਕਾਸ ਲਈ ਖਰਚ ਨਾ ਕੀਤਾ ਜਾਵੇ। ਕਿਉਂਕਿ ਲੋਕਾਂ ਦਾ ਜੋ ਕੈਪਟਨ ਸਾਹਿਬ ਨੇ ਕਿਹਾ ਸੀ ਲੋਕਾਂ ਨਾਲ ਵਾਅਦੇ ਕੀਤੇ ਸੀ, ਉਹ ਕੋਈ ਵੀ ਅੱਜ ਤਾਈਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਨਾ ਕੋਈ ਵਿਕਾਸ ਦੇ ਰੂਪ ਦੇ ਵਿੱਚ, ਨਾ ਕੋਈ ਕਰਜ਼ਾ ਮਾਫੀ ਦੇ ਰੂਪ ਦੇ ਵਿੱਚ, ਨਾ ਕੋਈ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਸੰਬੰਧੀ, ਕਿਉਂਕਿ ਲੋਕਾਂ ਦਾ ਕਾਂਗਰਸ ਤੋਂ ਮੋਹ ਆ ਭੰਗ ਹੋ ਚੁੱਕਾ ਹੈ। ਉਹ ਹੁਣ ਹਮੇਸ਼ਾ ਇਹੀ ਗੱਲ ਕਹਿੰਦੇ ਆ ਵੀ ਕਦੋਂ ਸਮਾਂ ਆਵੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਬਣਾਈਏ ਅਤੇ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਜਿਹੜੇ ਆ ਉਹ ਹੋ ਸਕਣ। ਆਉਣ ਵਾਲੀਆਂ ਪੰਚਾਇਤ ਸੰਮਤੀ ਦੀਆਂ ਚੋਣਾਂ, ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਅਤੇ ਪਿੰਡਾਂ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਉਹ ਬੜੀਆਂ ਵਧੀਆ ਤੌਰ 'ਤੇ ਜਿੱਤੀਆਂ ਜਾਣਗੀਆਂ। ਕਾਰਨ ਇਹ ਹੈ ਕਿ ਕਾਂਗਰਸ ਸਰਕਾਰ ਨੇ ਬਿਲਕੁਲ ਵਿਕਾਸ ਨਹੀਂ ਕੀਤਾ। ਲੋਕ ਆ ਜੋ ਅਕਾਲੀ ਦਲ ਦੇ ਨਾਲ ਪਿਛਲੇ ਸਾਲਾਂ ਤੋਂ ਵੀ ਵੱਧ ਜੁੜ ਰਹੇ ਹਨ, ਜੋ ਅੱਜ ਦਾ ਵਿਸ਼ਾਲ ਇਕੱਠ ਸੀ, ਇਸ ਤੋਂ ਪਤਾ ਲੱਗਦਾ ਹੈ ਕਿ ਹਲਕੇ ਦੇ ਵਿੱਚ ਲੋਕ ਅਕਾਲੀ ਦਲ ਦੀ ਸਰਕਾਰ ਲਿਆਉਣ ਦੇ ਲਈ, ਪੰਚਾਇਤਾਂ ਨੂੰ ਜਿਤਾਉਣ ਦੇ ਲਈ ਕਿੰਨੇ ਅਤਾਵਲੇ ਹਨ। ਵਾਹਿਗੁਰੂ ਜੀ ਕਾ ਖਾਲਸਾ। ਹੁਣ ਦੇਖ ਕੇ ਜੀ ਸਰਪੰਚੀ ਦੀਆਂ ਚੋਣਾਂ ਜਿੱਤਾਂਗੇ ਜੀ, ਅਸੀਂ ਬਹੁਤ ਵੱਡੀ ਲੀਡ 'ਤੇ ਜਿੱਤਾਂਗੇ ਪਿੰਡਾਂ ਦੇ ਵਿੱਚ, ਕਿਉਂ ਪਿੰਡਾਂ ਦੇ ਵਿੱਚ ਕੋਈ ਕਾਂਗਰਸ ਨੇ ਵਿਕਾਸ ਨਹੀਂ ਕਰਾਇਆ ਜੀ। ਜੋ ਉਹਨਾਂ ਨੇ ਕੈਪਟਨ ਸਾਹਿਬ ਨੇ ਕਿਹਾ ਸੀ ਵੀ ਅਸੀਂ ਗਰੀਬ ਜਨਤਾ ਨੂੰ ਆਹ ਦਿਆਂਗੇ ਉਹ ਦਿਆਂਗੇ, ਉਹ ਆਪਾਂ ਨੂੰ ਮਾਲੂਮ ਹੈ ਜੀ, ਕਿਸੇ ਨੂੰ ਕੁਛ ਨਹੀਂ ਦਿੱਤਾ। ਅਸੀਂ ਉਮੀਦ ਕਰਦੇ ਹਾਂ ਵੀ ਬਲਾਕ ਸੰਮਤੀ ਦੀਆਂ ਚੋਣਾਂ 'ਚ ਵੀ ਅਤੇ ਸਰਪੰਚੀ ਦੀਆਂ ਚੋਣਾਂ 'ਚ ਵੀ ਅਸੀਂ ਬਹੁਤ ਵੱਡੀ ਲੀਡ 'ਤੇ ਜਿੱਤ ਕਰਾਂਗੇ ਜੀ।
ਹਾਂਜੀ।